ਹਾਂਜੀ ਕਿਸਾਨ ਭਰਾਓ, ਕੀ ਹਾਲ ਚਾਲ ਆ? ਸਾਰੇ ਠੀਕ ਠਾਕ ਹੋ? ਸੋ ਦੋਸਤੋ, ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਨਿਊਜ਼ ਰਾਜ ਫਾਰਮ ਵਿੱਚ। ਸੋ ਅੱਜ ਦੋਸਤੋ ਆਪਾਂ ਟੇਢੇ ਘੜ ਦੀ ਜਿਹੜੀ ਕੱਟੀ ਖਰੀਦੀ ਆ, ਅਤੇ ਇਹ ਆਪਣੇ ਫਾਰਮ ਤੋਂ ਗਈ ਸੀਗੀ। ਵੀਰ ਨੂੰ ਸ਼ੌਂਕ ਸੀ ਮੇਲਿਆਂ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਜਾਣ ਦਾ, ਅਤੇ ਵੀਰ ਨੇ ਵਧੀਆ ਚੰਗੇ ਰੁਪਈਏ ਲਾ ਕੇ ਖਰੀਦੀ ਸੀ, ਅਤੇ ਅੱਜ ਆਪਾਂ ਵੀ ਸੱਜਣ ਮੱਝ ਨੇ ਮੰਨ ਲਓ ਰੁਪਈਏ 'ਤੇ ਲਾ ਕੇ ਫਿਰ ਆਪਾਂ ਵਾਪਸ ਖਰੀਦ ਲਈ ਆ। ਬਾਕੀ ਤੁਸੀਂ ਇਹਦੀ ਡੀਲ ਡੋਲ ਦੇਖ ਸਕਦੇ ਆ, ਬਹੁਤ ਹੀ ਉੱਚੀ ਲੰਮੀ ਅਤੇ ਪਲੀ ਹੋਈ ਝੋਟੀ, ਬਿਲਕੁਲ ਸੀਮਨ ਦੀ ਵਿੱਤ 'ਤੇ ਤਿਆਰ। ਜਦਿਆਂ ਭਲਾ ਇਹਨੂੰ ਸੀਮਨ ਲਾ ਲਓ ਸੋਰੀ। ਸੋ ਤੁਸੀਂ ਦੇਖ ਸਕਦੇ ਆ ਬਹੁਤ ਸ਼ਾਂਤ ਅਤੇ ਠੰਡੇ ਸੁਭਾਅ ਦੀ ਝੋਟੀ ਆ। ਅਤੇ ਬਾਕੀ ਦੋਸਤੋ, ਚਾਰੇ ਪੈਰਾਂ ਦੇ ਜਾਇਜ਼ ਮਾਰਕਿੰਗ ਆ, ਟੇਢਾ ਕੱਟ ਆ, ਥਣਾਂ ਦੀ ਝੋਲੀ ਝਾਲੀ ਤਾਂ ਬਾਗ ਮਾਲ ਦੀ ਇਹਦੀ ਦੇਖਣ ਵਾਲੀ ਆ। ਦੇਖੋ ਬਹੁਤ ਤਗੜੇ ਰਿੰਕਲ ਪੈਂਦੇ ਆ। ਅਤੇ ਬਾਕੀ ਇਹਦੀ ਤੁਹਾਨੂੰ ਥਰਡ ਪੁਜੀਸ਼ਨ ਰਹੀ ਆ, ਦੇਖ ਸਕਦੇ ਤੁਸੀਂ ਬੀ ਐੱਫ ਏ ਮੇਲੇ ਉੱਪਰ। ਸੋ ਥਰਡ ਪੁਜੀਸ਼ਨ ਇਹਨੂੰ ਮਿਲੀ ਸੀਗੀ, ਜਿਹੜੀ 0 ਤੋਂ ਸਾਲ ਵਾਲੀ ਕੈਟਾਗਰੀ ਦੇ ਵਿੱਚ ਇਹਨੇ ਕੰਪੀਟੀਸ਼ਨ ਲੜਿਆ ਸੀਗਾ। ਸੋ ਆਹ ਤੁਸੀਂ ਦੇਖ ਸਕਦੇ ਹਾਂ, ਅਤੇ ਆਹ ਤੁਹਾਨੂੰ ਸਰਟੀਫਿਕੇਟ ਵੀ ਜ਼ਰੂਰ ਦਿਖਾ ਦਿੰਦੇ ਹਾਂ। ਸੋ ਆਹ ਸਰਟੀਫਿਕੇਟ ਜਿਹੜਾ ਇਹ ਆਪਾਂ ਨਾਲ ਲੈ ਜਾਵਾਂਗੇ, ਕਿਉਂਕਿ ਸ਼ੀਲਡ ਬਾਈ ਦੇ ਘਰ ਪਈ ਰਹਿ ਜੂਗੀ। ਸੋ ਆਹ ਤੁਸੀਂ ਦੇਖ ਸਕਦੇ ਹਾਂ ਟੈਗ ਨੰਬਰ 1647 ਨੀਲੀ ਰਾਵੀ ਕੱਟੀਆਂ ਦਾ ਮੁਕਾਬਲਾ 0 ਤੋਂ 1 ਸਾਲ, ਅਤੇ ਇਹਨੇ ਥਰਡ ਪੁਜੀਸ਼ਨ ਹਾਸਲ ਕੀਤੀ ਸੀਗੀ। ਬਾਈ ਗੇੜਾ ਕਢਾ ਦੀਆਂ ਮਾੜਾ ਜਿਹਾ ਝੋਟੀ ਦਾ, ਸੋ ਇਹਦਾ ਤੁਹਾਨੂੰ ਇੱਕ ਵਾਰ ਆਪਾਂ ਗੇੜਾ ਜ਼ਰੂਰ ਕਢਾ ਕੇ ਦਿਖਾ ਦਿੰਦੇ ਹਾਂ। ਅਤੇ ਸੋ ਚੰਗੀ ਚੀਜ਼ ਦਾ ਮੈਂ ਅੱਗੇ ਵੀ ਅਕਸਰ ਇਹ ਗੱਲ ਕਹਿੰਦਾ ਹੁੰਦਾ ਵੀ ਜਿਹੜੀ ਚੰਗੀ ਚੀਜ਼ ਹੁੰਦੀ ਆ ਉਹਦੀ ਚੰਗੀ ਕੀਮਤ ਮਿਲ ਜਾਂਦੀ ਆ ਦੋਸਤੋ। ਅਤੇ ਬਾਕੀ ਤੁਸੀਂ ਦੇਖ ਸਕਦੇ ਆ ਸਾਫ਼ ਸੁਥਰੀ ਆ ਝੋਟੀ, ਤੁਰਦੀ ਤਰਦੀ ਅਤੇ ਖੜ੍ਹਨੀ ਖੁੜ੍ਹਨੀ ਬਹੁਤ ਵਧੀਆ ਦੀ ਲਿਆ ਮੋੜ ਕੇ ਵੀਰੇ। ਅਤੇ ਬਾਕੀ ਚੜੈਕ ਮੇਲਾ ਆ ਰਿਹਾ ਵਾ, ਦੇਖਦੇ ਹਾਂ ਕੀ ਬਣਦਾ। ਅਤੇ ਕਿਉਂਕਿ ਮੈਨੂੰ ਸ਼ੌਂਕ ਨਹੀਂ ਹੈਗਾ ਵੈਸੇ ਮੇਲਿਆਂ ਦੇ ਵਿੱਚ ਐਨੀਮਲ ਜਾ ਕੇ ਤਿਆਰ ਕਰਕੇ ਪਾਉਣ ਦਾ, ਮੈਂ ਤਾਂ ਆਪਣੇ ਘਰ ਮੈਂ ਦੁੱਧ ਪੀਣ ਨੂੰ ਰੱਖਦਾ, ਮੇਰੀ ਤਾਂ ਥਿੰਕਿੰਗ ਇਹ ਆ। ਬਾਕੀ ਜਿਹੜਾ ਕੋਈ ਮੇਲਿਆਂ ਦਾ ਸ਼ੌਂਕ ਰੱਖਦਾ ਹੋਊਗਾ ਜਾਂ ਉਹ ਆਪਣੇ ਨਾਲ ਸੰਪਰਕ ਵੀ ਕਰ ਸਕਦਾ ਵਾ। ਬਾਕੀ ਤੁਸੀਂ ਦੇਖ ਸਕਦੇ ਇਹਦੀ ਬਿਊਟੀ ਬੈਡੀ, ਬਿਲਕੁਲ ਹੁਣ ਸੀਮਨ ਲੈਣ ਦੀ ਵੱਤ 'ਤੇ ਆ ਝੋਟੀ। ਥੋੜ੍ਹੇ ਸਮੇਂ ਦੇ ਵਿੱਚ ਹੀ ਜਿੱਦਾਂ ਕਹਿਣ ਤੋਂ ਭਾਵ ਇਹਨੇ ਹੁਣ ਹੀਟ ਕੱਢ ਕੇ ਤਾਂ ਵਧੀਆ, ਜੇ ਕੋਈ ਜੰਪ ਕਰਾਉਣਾ ਚਾਹੇ ਜੰਪ ਆਪਾਂ ਦੇਖਾਂਗੇ ਕਿਹੜੇ ਬੁੱਲ ਤੋਂ ਕਰਾਉਣੇ ਜਾਂ ਸੀਮਨ ਚੰਗਾ ਲਾ ਕੇ ਇਹ ਝੋਟੀ ਆਪਣੇ ਫਾਰਮ ਦੀ ਸ਼ਾਨ ਬਣਨੂ ਬਣੂਗੀ। ਅਤੇ ਪਹਿਲਾਂ ਵੀ ਸੀ, ਚਲੋ ਬਾਕੀ ਆਪਾਂ ਵੀਰ ਨੂੰ ਦਿੱਤੀ ਸੀ ਬੜੇ ਸ਼ੌਂਕ ਨਾਲ ਵੀਰ ਨੇ ਸਾਂਭੀ ਆ। ਅਤੇ ਇੱਕ ਵਾਰ ਫਿਰ ਤੋਂ ਆਪਾਂ ਦੋਸਤੋ ਆ ਸਰਟੀਫਿਕੇਟ ਦਿਖਾ ਦਿੰਦੇ ਹਾਂ, ਇਹ ਤਾਂ ਆਪਣੇ ਕੋਲ ਹੀ ਰਹੂਗਾ। ਬਾਕੀ ਥਰਡ ਪੁਜੀਸ਼ਨ ਜਿਹੜੀ ਸੀ ਇਹਦੀ ਆਈ, ਅਤੇ ਇੱਕ ਵਾਰ ਫਿਰ ਤੁਹਾਨੂੰ ਜਿਹੜੀ ਸ਼ੀਲਡ ਦਿਖਾ ਦਿੰਦੇ ਹਾਂ ਦੋਸਤੋ। ਸੋ ਆਹ ਕਰ ਲਿਓ ਚੈੱਕ ਦੋਸਤੋ, ਬੀ ਐੱਫ ਏ ਥਰਡ ਪੁਜੀਸ਼ਨ ਬਫੈਲੋ ਫਾਰਮ ਐਸੋਸੀਏਸ਼ਨ ਵੱਲੋਂ। ਸੋ ਇਹ ਜਿਹੜਾ ਸਨਮਾਨ ਮਿਲਿਆ ਸੀਗਾ, ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਦੋਸਤੋ ਇਹੋ ਜਿਹੇ ਚੰਗੇ ਨਗ ਦੇਖਣ ਲਈ। ਮੈਂ ਤੁਹਾਡਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ। ਜਿਉਂਦੇ ਵੱਸਦੇ ਰਹੋ ਪੰਜਾਬੀਓ।